ਹੈਲੋ एवरीवन ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਇਟਸ ਜੀਕੇ ਗੁਰਜੀਤ। ਦੋਸਤੋ ਅੱਜ ਦੀ ਵੀਡੀਓ 'ਚ ਆਪਾਂ ਕੰਪਿਊਟਰ ਦੇ ਇੰਪੋਰਟੈਂਟ ਐਮਸੀਕਿਊ ਦੀ ਕੁਇਜ਼ ਕਰਨ ਜਾ ਰਹੇ ਹਾਂ। ਹਾਂਜੀ ਇਹ ਕੁਇਜ਼ ਜਿਹੜੀ ਇਸ ਸੀਰੀਜ਼ ਦਾ ਫਰਸਟ ਪਾਰਟ ਰਹੇਗੀ। ਜਿਹੜੇ ਵੀ ਵਿਦਿਆਰਥੀ ਪੰਜਾਬ ਵਾਰਡ ਅਟੈਂਡੈਂਟ ਦੀ ਤਿਆਰੀ ਕਰ ਰਹੇ ਨੇ, ਉਹਨਾਂ ਲਈ ਇਹ ਵੀਡੀਓ ਕਾਫੀ ਹੈਲਪਫੁਲ ਸਾਬਿਤ ਹੋਵੇਗੀ। ਇਸ ਤੋਂ ਇਲਾਵਾ ਜਿਹੜੇ ਵਿਦਿਆਰਥੀ ਈਟੀਟੀ ਕੈਡਰ, ਮਾਸਟਰ ਕੈਡਰ, ਪੀ ਟ੍ਰਿਪਲ ਐਸ ਬੀ ਜਾਂ ਫਿਰ ਪੰਜਾਬ ਪਟਵਾਰੀ ਦੀ ਤਿਆਰੀ ਕਰ ਰਹੇ ਨੇ, ਉਹਨਾਂ ਲਈ ਵੀ ਇਹ ਵੀਡੀਓ ਕਾਫੀ ਮਹੱਤਵਪੂਰਨ ਸਾਬਿਤ ਹੋ ਹਾਂਜੀ ਇਸ ਵੀਡੀਓ ਦੇ ਜਿੰਨੇ ਵੀ ਆਪਾਂ ਕੁਐਸਚਨ ਕਰਦੇ ਆ ਉਹ ਪਹਿਲਾਂ ਤੁਸੀਂ ਆਪਣੀ ਇਮਾਨਦਾਰੀ ਨਾਲ ਸੋਲਵ ਕਰਨੇ ਆ ਤੇ ਵੀਡੀਓ ਦੇ ਐਂਡ ਵਿੱਚ ਕਮੈਂਟ ਬਾਕਸ ਵਿੱਚ ਤੁਸੀਂ ਆਪਣਾ ਸਕੋਰ ਜਿਹੜਾ ਜ਼ਰੂਰ ਕਮੈਂਟ ਕਰਿਓ ਜੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਨਾ ਹੈ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਾ ਹੈ ਜੀ ਹਾਂਜੀ ਸਟਾਰਟ ਕਰਦੇ ਆ ਅੱਜ ਦੀ ਕੁਇਜ਼ ਨੂੰ ਹਾਂਜੀ ਅੱਜ ਦੀ ਕੁਇਜ਼ ਦਾ ਫਰਸਟ ਕੁਐਸਚਨ ਦਿੱਤਾ ਹੋਇਆ ਹੈ ਕਿਸ ਨੂੰ ਕੰਪਿਊਟਰ ਦਾ ਪਿਤਾ ਕਿਹਾ ਜਾਂਦਾ ਹੈ ਹਾਂਜੀ ਫਰਸਟ ਕੁਐਸਚਨ ਹੀ ਵੈਰੀ ਵੈਰੀ ਇੰਪੋਰਟੈਂਟ ਹੈਗਾ ਤੁਹਾਡੇ ਕੋਲ ਚਾਰ ਆਪਸ਼ਨ ਦਿੱਤੇ ਹੋਏ ਨੇ ਜਿੰਨਾ ਵਿਦਿਆਰਥੀਆਂ ਨੇ ਇਸ ਕੁਐਸਚਨ ਦਾ ਆਪਸ਼ਨ ਨੰਬਰ B ਚੁਣਿਆ ਜੀ ਚਾਰਲਸ ਬੇਬੇਜ਼ ਤਾਂ ਉਹਨਾਂ ਦਾ ਆਨਸਰ ਹੈ ਜਿਹੜਾ ਬਿਲਕੁਲ ਕਰੈਕਟ ਹੋ ਜਾਵੇਗਾ ਹਾਂਜੀ ਕੰਪਿਊਟਰ ਦਾ ਪਿਤਾ ਕਿਹਨੂੰ ਕਿਹਾ ਜਾਂਦਾ ਜੀ ਚਾਰਲਸ ਬੇਬੇਜ਼ ਨੂੰ ਕਿਹਾ ਜਾਂਦਾ ਹੈ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਸੜਾ ਨੈਕਸਟ ਕੁਐਸਚਨ ਹੈਗਾ ਭਾਰਤ ਵਿੱਚ ਨਿਰਮਿਤ ਪਹਿਲਾ ਕੰਪਿਊਟਰ ਕਿਹੜਾ ਸੀ ਚਾਰ ਆਪਸ਼ਨ ਨੇ ਫਰਸਟ ਹੈਗਾ ਜੀ ਸਿਦਾਰਥ ਸੈਕੰਡ ਹੈਗਾ ਪਰਮ ਥਰਡ ਆਪਸ਼ਨ ਹੈਗਾ ਮੇਗਾ ਤੇ ਫੋਰਥ ਹੈਗਾ ਜੀ ਸਾਈਬਰ ਹਾਂਜੀ ਭਾਰਤ ਵਿੱਚ ਨਿਰਮਿਤ ਪਹਿਲਾ ਕੰਪਿਊਟਰ ਕਿਹੜਾ ਹੈਗਾ ਸੀ ਸਿਦਾਰਥ ਜਿੰਨਾ ਵਿਦਿਆਰਥੀਆਂ ਨੇ ਇਸ ਕੁਐਸਚਨ ਦਾ ਆਪਸ਼ਨ ਨੰਬਰ 1st ਚੁਣਿਆ ਉਹਨਾਂ ਦਾ ਆਨਸਰ ਬਿਲਕੁਲ ਕਰੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਜੀ ਕੰਪਿਊਟਰ ਕਿਹੜੀ ਭਾਸ਼ਾ ਤੇ ਕੰਮ ਕਰਦਾ ਹੈ ਹਾਂਜੀ ਇਹ ਕੁਐਸਚਨ ਵੈਰੀ ਵੈਰੀ ਇੰਪੋਰਟੈਂਟ ਹੈਗਾ ਹੈ ਚਾਰ ਭਾਸ਼ਾਵਾਂ ਦਿੱਤੀਆਂ ਹੋਈਆਂ ਨੇ ਕੰਪਿਊਟਰ ਕਿਹੜੀ ਭਾਸ਼ਾ ਤੇ ਕੰਮ ਕਰਦਾ ਹੈ ਜੀ ਇਸ ਕੁਐਸਚਨ ਦਾ ਆਪਸ਼ਨ ਨੰਬਰ C ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਮਸ਼ੀਨੀ ਭਾਸ਼ਾ ਚਲਦੇ ਹਾਂ ਜੀ ਨੈਕਸਟ ਕੁਐਸਚਨ ਵੱਲ ਭਾਰਤ ਦਾ ਪਹਿਲਾ ਕੰਪਿਊਟਰ ਕਿੱਥੇ ਸਥਾਪਿਤ ਕੀਤਾ ਗਿਆ ਸੀ ਚਾਰ ਆਪਸ਼ਨ ਦਿੱਤੇ ਹੋਏ ਨੇ ਫਰਸਟ ਹੈਗਾ ਦਿੱਲੀ ਸੈਕਿੰਡ ਆਪਸ਼ਨ ਹੈਗਾ ਜੀ ਬਰਨਪੁਰ ਥਰਡ ਆਪਸ਼ਨ ਹੈਗਾ ਬੰਗਲੌਰੂ ਤੇ ਫੋਰਥ ਹੈਗਾ ਕੋਲਕਾਤਾ ਹਾਂਜੀ ਜੇਕਰ ਤੁਸੀਂ ਚੁਣਿਆ ਇਸ ਕੁਐਸਚਨ ਦਾ ਆਪਸ਼ਨ ਨੰਬਰ ਡੀ ਕੋਲਕਾਤਾ ਤਾਂ ਤੁਹਾਡਾ ਆਨਸਰ ਹੈ ਜਿਹੜਾ ਬਿਲਕੁਲ ਕਰੈਕਟ ਹੋ ਜਾਵੇਗਾ ਹਾਂਜੀ ਭਾਰਤ ਦਾ ਪਹਿਲਾ ਕੰਪਿਊਟਰ ਕਿੱਥੇ ਸਥਾਪਿਤ ਕੀਤਾ ਗਿਆ ਸੀ ਕੋਲਕਾਤਾ ਵਿੱਚ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਡਾਟਾ ਪ੍ਰੋਸੈਸਿੰਗ ਦਾ ਮਤਲਬ ਹੈ ਚਾਰ ਆਪਸ਼ਨ ਦਿੱਤੇ ਹੋਏ ਨੇ ਫਸਟ ਹੈ ਡਾਟਾ ਇਕੱਠਾ ਕਰਨਾ ਸੈਕਿੰਡ ਹੈਗਾ ਜੀ ਡਾਟਾ ਨੂੰ ਸਜਾਣਾ ਥਰਡ ਆਪਸ਼ਨ ਹੈਗਾ ਡਾਟਾ ਨੂੰ ਉਪਯੋਗੀ ਬਣਾਉਣਾ ਤੇ ਫੋਰਥ ਹੈਗਾ ਇਹ ਸਾਰੇ ਜੀ ਡਾਟਾ ਪ੍ਰੋਸੈਸਿੰਗ ਦਾ ਮਤਲਬ ਹੁੰਦਾ ਹੈ ਡਾਟਾ ਨੂੰ ਉਪਯੋਗੀ ਬਣਾਉਣਾ ਜੇਕਰ ਤੁਸੀਂ ਇਸ ਕੁਐਸਚਨ ਦਾ ਆਪਸ਼ਨ ਨੰਬਰ ਸੀ ਚੁਣਿਆ ਤਾਂ ਤੁਹਾਡਾ ਆਨਸਰ ਹੈ ਜਿਹੜਾ ਬਿਲਕੁਲ ਕਰੈਕਟ ਹੋ ਜਾਵੇਗਾ ਡਾਟਾ ਪ੍ਰੋਸੈਸਿੰਗ ਦਾ ਕੀ ਮਤਲਬ ਹੁੰਦਾ ਜੀ ਡਾਟਾ ਨੂੰ ਉਪਯੋਗੀ ਬਣਾਉਣਾ ਹਾਂਜੀ ਫਰੈਂਡ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਜਿਆਦਾ ਤੋਂ ਜਿਆਦਾ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਜਰੂਰ ਕਰਿ नैक्सट क्वेश्चन वाल चलते हैं सब तो तेज कंप्यूटर है चार ऑप्शन दते हुए ने फस्ट है, है मिनी कंप्यूटर सैकेंड ऑप्शन है जी माइक्रो कंप्यूटर थर्ड ऑप्शन है मेन फ्रेम कंप्यूटर फोर्थ है सुपर कंप्यूटर हाँ जी जेकर इस क्वेश्चन का ऑप्शन नंबर डी चुने जी सुपर कंप्यूटर तो आंसर है जो बिल्कुल करैक्ट हो जाएगा चलते हैं जी नैक्सट क्वेश्चन वाल नैक्सट क्वेश्चन है जी आई मेक एक किस्म है चार ऑप्शन देते हुए फस्ट है मशीन ਸੈਕਿੰਡ ਹੈਗਾ ਜੀ ਪ੍ਰੋਸੈਸਰ ਥਰਡ ਆਪਸ਼ਨ ਹੈਗਾ ਪ੍ਰੋਗਰਾਮ ਤੇ ਫੋਰਥ ਹੈਗਾ ਰਜਿਸਟਰ ਹਾਂਜੀ ਆਈ ਮੈਕ ਦੀ ਕਿਸਮ ਹੈਗੇ ਜੀ ਮਸ਼ੀਨ ਦੀ ਆਪਸ਼ਨ ਨੰਬਰ ਫਸਟ ਹੈ ਜਿਹੜਾ ਇਸ ਕੁਐਸਚਨ ਦਾ ਆਪਣਾ ਕਰੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਨੈਕਸਟ ਕੁਐਸਚਨ ਦਿੱਤਾ ਹੋਇਆ ਜੀ ਡਬਲਯੂ 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 ਦਾ ਖੋਜੀ ਕੌਣ ਹੈ ਹਾਂਜੀ ਡਬਲਯੂ 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 ਦਾ ਆਵਿਸ਼ਕਾਰ ਕਿਸਨੇ ਕੀਤਾ ਸੀ ਚਾਰ ਆਪਸ਼ਨ ਸਾਡੇ ਕੋਲ ਦਿੱਤੇ ਹੋਏ ਨੇ ਜੇਕਰ ਤੁਸੀਂ ਇਸ ਕੁਐਸਚਨ ਦਾ ਆਪਸ਼ਨ ਨੰਬਰ ਡੀ ਚੁਣਿਆ ਜੀ ਟਿਮ ਬਰਨਰਲੀ ਤਾਂ ਤੁਹਾਡਾ ਆਨਸਰ ਹੈ ਜਿਹੜਾ ਬਿਲਕੁਲ கரੈਕਟ ਹੋ ਜਾਵੇਗਾ ਜੀ www ਦਾ ਅਵਿਸ਼ਕਾਰ ਕਿੰਨੇ ਕੀਤਾ ਸੀ ਟਿਮ ਬਰਨਰਲੀ ਤੇ www ਦੀ ਫੁੱਲ ਫਾਰਮ ਕੀ ਹੁੰਦੀ ਹੈ ਜੀ ਵਰਲਡ ਵਾਈਡ ਵੈਬ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਨੈਕਸਟ ਕੁਐਸਚਨ ਵੈਰੀ ਵੈਰੀ ਇੰਪੋਰਟੈਂਟ ਹੈਗਾ ਜੀ ਚੁੰਬਕੀ ਡਿਸਕ ਤੇ ਕਿਸ ਪਦਾਰਥ ਦੀ ਪਰਤ ਹੁੰਦੀ ਹੈ ਚਾਰ ਆਪਸ਼ਨ ਦਿੱਤੇ ਹੋਏ ਨੇ ਫਸਟ ਹੈਗਾ ਆਇਰਨ ਆਕਸਾਈਡ ਸੈਕੰਡ ਆਪਸ਼ਨ ਹੈਗਾ ਜੀ ਸੋਡੀਅਮ ਪਰਆਕਸਾਈਡ ਥਰਡ অপਸ਼ਨ ਹੈਗਾ ম্যাগਨੀਸ਼ੀਅਮ ਆਕਸਾਈਡ ਤੇ ਫੋਰਥ ਹੈਗਾ ਇਨਾਂ ਵਿੱਚੋਂ ਕੋਈ ਨਹੀਂ ਹਾਂਜੀ ਚੁੰਬਕੀ ਡਿਸਕ ਤੇ ਜਿਹੜੀ ਪਰਤ ਬਣੀ ਹੁੰਦੀ ਹੈ ਉਹ ਹੁੰਦੀ ਹੈ ਜੀ ਆਇਰਨ ਆਕਸਾਈਡ ਦੀ ਜੇਕਰ ਤੁਸੀਂ ਇਸ ਕੁਐਸਚਨ ਦਾ অপਸ਼ਨ ਨੰਬਰ 1 ਚੁਣਿਆ ਤਾਂ ਤੁਹਾਡਾ ਆਨਸਰ ਹੈ ਜਿਹੜਾ ਬਿਲਕੁਲ ਕਰੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਦਿੱਤਾ ਹੋਇਆ ਜੀ ਹੇਟ ਲਿਖਿਆਂ ਵਿੱਚੋਂ ਕਿਹੜੀ ਇੱਕ ਪ੍ਰੋਗਰਾਮਿੰਗ ਭਾਸ਼ਾ ਨਹੀਂ ਹੈ ਹਾਂਜੀ ਆਪਾਂ ਦੱਸਣਾ ਹੈ ਕਿ ਹੇਟ ਲਿਖੇ ਵਿੱਚੋਂ ਕਿਹੜੀ ਇੱਕ ਪ੍ਰੋਗਰਾਮਿੰਗ ਭਾਸ਼ਾ ਨਹੀਂ ਹੈ ਜੇਕਰ ਤੁਸੀਂ ਇਸ ਕੁਐਸਚਨ ਦਾ ਆਪਸ਼ਨ ਨੰਬਰ ਡੀ ਚੁਣਿਆ ਜੀ ਓਰੇਕਲ ਤਾਂ ਤੁਹਾਡਾ ਆਨਸਰ ਹੈ ਜਿਹੜਾ ਕਰੈਕਟ ਹੋ ਜਾਵੇਗਾ ਹਾਂਜੀ ਓਰੇਕਲ ਨੂੰ ਛੱਡ ਕੇ ਬਾਕੀ ਸਾਰੀ ਜਿਹੜੀ ਇੱਕ ਪ੍ਰੋਗਰਾਮਿੰਗ ਭਾਸ਼ਾ ਹੈਗੀ ਐ ਜਾਵਾ ਫੋਕਸਪ੍ਰੋ ਤੇ ਪਰਲ ਇਹ ਸਾਰੀਆਂ ਕੀ ਨੇ ਪ੍ਰੋਗਰਾਮਿੰਗ ਭਾਸ਼ਾ ਤੇ ਇਹਨਾਂ ਵਿੱਚੋਂ ਓਰੇਕਲ ਹੈ ਜਿਹੜੀ ਉਹ ਇੱਕ ਪ੍ਰੋਗਰਾਮਿੰਗ ਭਾਸ਼ਾ ਨਹੀਂ ਹੈ ਚੱਲਦੇ ਹਾਂ ਜੀ ਨੈਕਸਟ ਕੁਐਸਚਨ ਵੱਲ ਨੈਕਸਟ ਕੁਐਸਚਨ ਹੈਗਾ ਜੀ ਵੈਬਸਾਈਟ ਤੇ ਨਾਮ ਵਿੱਚ ਐਚਟੀਟੀਪੀ ਕੀ ਹੈ ਫਿਰ ਤੋਂ ਰਿਪੀਟ ਕਰ ਦਨੇ ਆ ਜੀ ਵੈਬਸਾਈਟ ਦੇ ਨਾਮ ਵਿੱਚ ਐਚਟੀਟੀਪੀ ਕੀ ਹੈ ਚਾਰ ਆਪਸ਼ਨ ਦਿੱਤੇ ਹੋਏ ਨੇ ਜੀ ਫਸਟ ਹੈਗਾ ਹੋਸਟ ਸੈਕੰਡ ਆਪਸ਼ਨ ਹੈਗਾ ਜੀ ਵੈਬਸਾਈਟ ਦਾ ਨਾਮ ਥਰਡ ਆਪਸ਼ਨ ਹੈਗਾ ਪ੍ਰੋਟੋਕੋਲ ਤੇ ਫੋਰਥ ਹੈਗਾ ਇਨਾਂ ਵਿੱਚੋਂ ਕੋਈ ਨਹੀਂ ਹਾਂਜੀ ਆਪਾਂ ਦੱਸਣਾ ਕਿ ਵੈਬਸਾਈਟ ਵਿੱਚ ਐਚਟੀਟੀਪੀ ਕੀ ਹੁੰਦਾ ਹੈ ਹਾਂਜੀ ਇਹ ਹੁੰਦਾ ਜੀ ਪ੍ਰੋਟੋਕੋਲ ਆਪਸ਼ਨ ਨੰਬਰ ਸੀ ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ ਕਈ ਵਾਰ ਐਗਜ਼ਾਮ ਵਿੱਚ ਐਚਟੀਟੀਪੀ ਦੀ ਫੁੱਲ ਫਾਰਮ ਵੀ ਪੁੱਛ ਲਈ ਜਾਂਦੀ ਹੈ ਇਸ ਦੀ ਫੁੱਲ ਫਾਰਮ ਹੁੰਦੀ ਹੈ ਜੀ ਹਾਈਪਰ ਟੈਕਸਟ ਟ੍ਰਾਂਸਫਰ ਪ੍ਰੋਟੋਕੋਲ ਚੱਲਦੇ ਆ ਜੀ ਨੈਕਸਟ ਕੁਐਸਚਨ ਵੱਲ ਇਹਨਾਂ ਵਿੱਚੋਂ ਕਿਹੜਾ ਕੰਮ ਕੰਪਿਊਟਰ ਨਹੀਂ ਕਰਦਾ ਹਾਂਜੀ ਇਹ ਕੁਐਸਚਨ ਵੀ ਵੈਰੀ ਵੈਰੀ ਇੰਪੋਰਟੈਂਟ ਹੈਗਾ ਚਾਰ ਆਪਸ਼ਨ ਨੇ ਸਾਡੇ ਕੋਲ ਇਨਪੁਟ ਕਰਨਾ ਸੈਕਿੰਡ ਆਪਸ਼ਨ ਹੈਗਾ ਜੀ ਆਉਟਪੁੱਟ ਥਰਡ ਆਪਸ਼ਨ ਹੈਗਾ ਕੰਟਰੋਲ ਕਰਨਾ ਤੇ ਫੋਰਥ ਹੈਗਾ ਅੰਡਰਸਟੈਂਡਿੰਗ ਹਾਂਜੀ ਸਾਰਿਆਂ ਨੂੰ ਪਤਾ ਲੱਗਿਆ ਹੋਵੇਗਾ ਕਿ ਇਹਨਾਂ ਵਿੱਚੋਂ ਕਿਹੜਾ ਕੰਮ ਹੈ ਜਿਹੜਾ ਕੰਪਿਊਟਰ ਨਹੀਂ ਕਰ ਸਕਦਾ ਤਾਂ ਉਹ ਹੈਗਾ ਜੀ অপਸ਼ਨ ਨੰਬਰ 4 ਅੰਡਰਸਟੈਂਡਿੰਗ ਨੈਕਸਟ ਕੁਸ਼ਚਨ ਵੱਲ ਚਲਦੇ ਹਾਂ ਜੀ ਨੈਕਸਟ ਕੁਸ਼ਚਨ ਹੈਗਾ FTP ਦਾ ਪੂਰਾ ਨਾਮ ਕੀ ਹੈ ਹਾਂਜੀ ਇਹ ਕੁਸ਼ਚਨ ਵੀ ਵੈਰੀ ਵੈਰੀ ਇੰਪੋਰਟੈਂਟ ਹੈਗਾ ਚਾਰ ਆਪਸ਼ਨ ਦਿੱਤੇ ਹੋਏ ਨੇ ਜੇਕਰ ਤੁਸੀਂ ਇਹਨਾਂ ਵਿੱਚੋਂ অপਸ਼ਨ ਨੰਬਰ 1 ਚੁਣਿਆ ਜੀ ਫਾਈਲ ਟ੍ਰਾਂਸਫਰ ਪ੍ਰੋਟੋਕੋਲ ਤਾਂ ਤੁਹਾਡਾ ਆਨਸਰ ਹੈ ਜਿਹੜਾ ਬਿਲਕੁਲ கரੈਕਟ ਹੋ ਜਾਵੇਗਾ ਹਾਂਜੀ ਐਚ ਸੋਰੀ FTP ਦਾ ਫੁੱਲ ਫਾਰਮ ਕੀ ਹੁੰਦਾ ਜੀ ਫਾਈਲ ਟ੍ਰਾਂਸਫਰ ਪ੍ਰੋਟੋਕੋਲ ਚਲਦੇ ਆ ਜੀ ਨੈਕਸਟ ਕੁਐਸਚਨ ਵੱਲ ਨੈਕਸਟ ਕੁਐਸਚਨ ਦਿੱਤਾ ਹੈ ਜੀ ਇਹਨਾਂ ਵਿੱਚੋਂ ਕਿਹੜਾ ਇਨਪੁਟ ਉਪਕਰਨ ਹੈ ਹਾਂਜੀ ਇਹ ਕੁਐਸਚਨ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ ਤੇ ਵੈਰੀ ਵੈਰੀ ਇਜ਼ੀ ਵੀ ਹੈਗਾ ਚਾਰ ਆਪਸ਼ਨ ਦਿੱਤੇ ਹੋਏ ਨੇ ਜੇਕਰ ਤੁਸੀਂ ਇਹਨਾਂ ਵਿੱਚੋਂ ਆਪਸ਼ਨ ਨੰਬਰ 1 ਚੁਣਿਆ ਕੀਬੋਰਡ ਤਾਂ ਤੁਹਾਡਾ ਆਨਸਰ ਹੈ ਜਿਹੜਾ ਬਿਲਕੁਲ கரੈਕਟ ਹੋ ਜਾਵੇਗਾ ਹਾਂਜੀ ਅੱਜ ਦੀ ਵੀਡੀਓ ਦੇ ਲਾਸਟ ਕੁਐਸਚਨ ਵੱਲ ਚਲਦੇ ਆਂ ਹੇਟ ਲਿਖਿਆਂ ਵਿੱਚੋਂ ਕਿਹੜਾ ਸੋਸ਼ਲ ਮੀਡੀਆ ਵੈਬਸਾਈਟ ਨਹੀਂ ਹੈ ਹਾਂਜੀ ਚਾਰ ਆਪਸ਼ਨ ਸਾਡੇ ਕੋਲ ਨੇ ਫਰਸਟ ਹੈ ਫੇਸਬੁਕ ਸੈਕਿੰਡ ਆਪਸ਼ਨ ਹੈਗਾ ਜੀ ਗੂਗਲ ਪਲਸ ਥਰਡ ਆਪਸ਼ਨ ਹੈਗਾ ਫੋਰਕਟ ਤੇ ਫੋਰਥ ਹੈਗਾ ਜੀਮੇਲ ਜੀ ਇਹਨਾਂ ਚਾਰਾਂ ਵਿੱਚੋਂ ਆਪਾਂ ਦੱਸਣਾ ਹੈ ਕਿ ਹੇਟ ਲਿਖਿਆਂ ਵਿੱਚੋਂ ਕਿਹੜਾ ਇੱਕ ਸੋਸ਼ਲ ਮੀਡੀਆ ਵੈਬਸਾਈਟ ਨਹੀਂ ਹੈ ਹਾਂਜੀ ਜੇਕਰ ਤੁਸੀਂ ਇਸ ਕੁਐਸਚਨ ਦਾ ਆਪਸ਼ਨ ਨੰਬਰ ਡੀ ਚੁਣਿਆ ਹੈ ਜੀ ਜੀਮੇਲ ਤਾਂ ਤੁਹਾਡਾ ਆਨਸਰ ਹੈ ਜਿਹੜਾ ਬਿਲਕੁਲ ਕਰੈਕਟ ਹੋ ਜਾਵੇਗਾ ਹਾਂਜੀ ਅੱਜ ਦੀ ਵੀਡੀਓ ਵਿੱਚ ਜਿੰਨਾ ਵੀ ਤੁਸੀਂ ਸਕੋਰ ਕੀਤਾ ਹੈ ਉਹ ਆਪਣੀ ਇਮਾਨਦਾਰੀ ਨਾਲ ਕਮੈਂਟ ਬਾਕਸ 'ਚ ਜਰੂਰ ਦੱਸਣਾ ਜੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਜਰੂਰ ਕਰਿਓ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਪਹਿਲੀ ਵਾਰ ਸਾਡੀ ਵੀਡੀਓ ਵੇਖ ਰਹੇ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਪ੍ਰੈਸ ਕਰਨਾ ਜਿਸ ਦੇ ਨਾਲ ਤੁਹਾਨੂੰ ਸਾਡੀ ਹਰੇਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਟਾਈਮ ਨਾਲ ਮਿਲਦੀ ਰਹੇਗੀ ਹਾਂਜੀ ਮਿਲਦੇ ਹਾਂ ਨੈਕਸਟ ਵੀਡੀਓ 'ਚ ਉਦੋਂ ਤੱਕ ਦੇ ਲਈ ਟੇਕ ਕੇਅਰ